ਦੇਖੀ ਸਿਰ ਚ ਨਾ ਮਨਵਾ ਲਈ ਬਹੁਤ ਹੀ ਜਿਹੜਾ ਨਾ ਨੁਕਸਾਨ ਦੇ ਯਾਰ ਆਏ ਤਾਂ ਥੋੜੇ ਜਿਹੇ ਆਏ ਨੇ ਲੇਕਿਨ ਜਿਹੜਾ ਥੋੜੀ ਬਲਕਿ ਥੋੜੇ ਤਾਂ ਨਹੀਂ ਆਏ ਥੋੜਾ ਟਾਈਮ ਆਏ ਨੇ ਤੇ ਲੇਕਿਨ ਜਿਹੜਾ ਨਾ ਨੁਕਸਾਨ ਕਾਫੀ ਕਰ ਗਏ ਉਹਨਾਂ ਨੇ ਕਿਉਂਕਿ ਜਿਹੜੀਆਂ ਕਣਕਾਂ ਲੋਕਾਂ ਦੀਆਂ ਪੱਕੀਆਂ ਨੇ ਉਸ ਤੋਂ ਬਾਅਦ ਜਿਹੜਾ ਸਭ ਤੋਂ ਜ਼ਿਆਦਾ ਨੁਕਸਾਨ ਇਹਨੇ ਦੇਣਾ ਤੰਬਾਕੂ ਦੀ ਫਸਲ ਨੂੰ ਕਿਉਂਕਿ ਤੰਬਾਕੂ ਵੀ ਲੋਕਾਂ ਦਾ ਜਿਹੜੇ ਪਿੰਡਾਂ 'ਚ ਰਹਿੰਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਅਤੇ ਜਿਹੜੇ ਰਹਿੰਦੇ ਨੇ ਸ਼ਹਿਰਾਂ 'ਚ ਉਹਨਾਂ ਨੂੰ ਤਾਂ ਤੰਬਾਕੂ ਦਾ ਨਹੀਂ ਪਤਾ ਲੇਕਿਨ ਉਹਦੇ ਪੱਤੇ ਹੁੰਦੇ ਨੇ ਚੌੜੇ ਅਤੇ ਉਹਨੂੰ ਵੀ ਜਿਹੜਾ ਬਹੁਤ ਨੁਕਸਾਨ ਕਰਦਾ ਵੈਸੇ ਦੂਜੀਆਂ ਵੀ ਕਾਫੀ ਫਸਲਾਂ ਨੁਕਸਾਨ ਕਰਦਾ ਅਤੇ ਬਾਹਰ ਨਿਕਲਣਾ ਥੋੜ੍ਹਾ ਸਾਡੀ ਵੀ ਧੌਣ 'ਚ ਨੂੰ ਵੱਜ ਜਾਵੇ ਤੇਰੀ ਭੈਣ ਵੱਜਦੇ ਨੀ ਹੋਈ ਚਾਚੂ ਯੂਸਫ ਕੀ ਆਖਦੇ ਪਾਸਵਰਡ ਆ ਗਿਆ ਹੱਥ ਮੰਗਦਾ ਪਾਸਵਰਡ ਬਸ ਛੱਡ ਤੂੰ ਰਹਿਣ ਦੇ ਦੱਸਣ ਮੈਂ ਟਿਕਟ ਆਕ ਲੈਣੀ ਜਬਰਾਨ ਸਾਹਿਬ ਹਲੇ ਵੀ ਡਿੱਗ ਰਹੇ ਨੇ ਹਲੇ ਵੀ ਡਿੱਗਦੇ ਨੇ ਪਏ ਅੱਗੇ ਕਰ ਇੱਕ ਦਾਣਾ ਤਾਂ ਜੀ ਟੁੱਟਾ ਬਹੁਤ ਵੱਡਾ ਡਿੱਗਿਆ ਇਹ ਚੈੱਕ ਕਰਦੇ ਜੀ ਕਬੂਤਰ ਦੇ ਅੰਡੇ ਦਾ ਇੱਥੇ ਡਿੱਗਿਆ ਮੇਰੇ ਸਾਹਮਣੇ ਹੁਣ ਡਿੱਗਿਆ ਜੀ ਬਹੁਤ ਸਮੇਂ ਉਸਤਾਦ ਅੰਦਰ ਹੋ ਜਾਓ ਇਹਨਾਂ ਸਿਰ 'ਚ ਵੱਜੇ ਤਾਂ ਜਿਹੜਾ ਨਾ ਸਿਰ ਹੀ ਪਾ ਤੁਸੀਂ ਵੀ ਚਾਹ ਲਿਆ ਵੱਡੇ ਵੱਡੇ ਇਹ ਕੌਣ ਡਿੱਗਿਆ ਜੀ ਤੁਹਾਡੇ ਵੀ ਸਾਹਮਣੇ ਅੱਲਾ ਮਾਫ਼ ਕਰੇ ਜੀ ਅੰਦਰ ਹੋ ਜਾਓ ਜਗਰਾਨ ਸਾਹਿਬ ਇਹ ਵੇਖੋ ਬਹੁਤ ਵੱਡਾ ਇਹ ਵੇਖੋ ਨਾ ਮੈਂ ਲਾ ਦੇਣੀ ਅੱਜ ਤਾਂ ਲਾ ਚੱਲ ਫਿਰ ਮੇਰੇ ਵੱਲ ਫੜਾ ਮੈਂ ਲਾਵਾਂ ਇਹ ਫੜ ਵੀਡੀਓ ਬਣਾ ਥੋੜ੍ਹੀ ਹੈਲੋ ਜੀ ਅੱਲਾ
ਬਾਰਿਸ਼ ਘੱਟ ਆਈ ਹੈ ਤੇ ਚੰਦਰਾ ਜ਼ਿਆਦਾ ਹੈ, ਬਾਰਿਸ਼ ਹੋਈ ਹਲੇ ਵੀ ਨਹੀਂ ਹੈ ਬਾਰਿਸ਼, ਲੇਕਿਨ ਸੁੱਕਾ ਚੰਦਰਾ ਪਿਆ ਤੇ ਅੱਲਾ ਮਾਫ਼ ਕਰੇ, ਕਿਉਂਕਿ ਫਸਲਾਂ ਜਿਹੜੀਆਂ ਨੇ ਉਹ ਪੱਕੀਆਂ ਨੇ ਤੇ ਲੋਕਾਂ ਦਾ ਬਹੁਤ ਨੁਕਸਾਨ ਹੈ, ਕਿਉਂਕਿ 6 ਮਹੀਨਿਆਂ ਦੀ ਫਸਲ ਹੈ ਤੇ ਅੱਲਾ ਖੈਰ ਕਰੇ ਜੀ। ਇਹ ਵੀ ਕਹਿੰਦੇ ਨੇ ਕਿ ਜੋ ਹੁੰਦਾ ਅੱਲਾ ਲੂ ਹੁੰਦਾ ਤੇ ਬਿਹਤਰ ਹੀ ਹੁੰਦਾ, ਲੇਕਿਨ ਇਹ ਕਿ ਜਿਹੜਾ ਨਾ ਅੱਲਾ ਤਾਲਾ ਬਿਹਤਰ ਹੀ ਕਰਦਾ, ਲੇਕਿਨ ਇਨਸਾਨ ਜਿਹੜਾ ਉਹਨੇ ਵੀ ਮਿਹਨਤ ਕੀਤੀ ਹੁੰਦੀ ਦੁੱਖ ਲੱਗਦਾ। ਠੀਕ ਹੈ ਜਨਾਬ, ਇਹਦੇ ਨਾਲ ਸਾਨੂੰ ਜੋ ਇਜਾਜ਼ਤ ਬਸ ਕਰੋ।